ਹੁਸ਼ਿਆਰਪੁਰ ਦੇ ਤਲਵਾੜਾ 'ਚ ਜ਼ਬਰਦਸਤੀ ਸਹੁਰਿਆਂ ਦੇ ਘਰ ਦਾਖਲ ਹੋਏ ਵਿਅਕਤੀ ਨੇ ਵਿਆਹੁਤਾ ਸਾਲੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਤਲਾਕ ਲੈਣ ਦੇ ਬਾਵਜੂਦ ਪਤਨੀ ਨੂੰ ਲੈਣ ਆਏ ਸੌਰਵ ਨਾਂ ਦੇ ਵਿਅਕਤੀ ਨੇ ਗੁੱਸੇ 'ਚ ਆ ਕੇ ਸਾਲੀ ਜਸਬੀਰ ਕੌਰ ਨੂੰ 3 ਗੋਲੀਆਂ ਮਾਰ ਦਿੱਤੀਆਂ। ਇਸ 'ਚ 2 ਗੋਲੀਆਂ ਜਸਬੀਰ ਦੀ ਲੱਤ 'ਤੇ ਜਾ ਲੱਗੀਆਂ, ਜਦਕਿ 3 ਗੋਲੀ ਸਿਰ ਨੂੰ ਛੂ ਕੇ ਲੰਘੀ। ਜ਼ਖਮੀ ਹਾਲਤ 'ਚ ਜਸਬੀਰ ਕੌਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਲੜਕੀ ਦੇ ਪਿਤਾ ਚਰਨਜੀਤ ਸਿੰਘ ਮੁਤਾਬਿਕ ਉਸਦੀ ਵੱਡੀ ਬੇਟੀ ਦਾ ਕੁਝ ਮਹੀਨੇ ਪਹਿਲਾਂ ਤਲਾਕ ਹੋ ਚੁੱਕਾ ਹੈ। ਉਧਰ ਜਾਂਚ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਿਤ ਅਤੇ ਉਸਦੇ ਪਰਿਵਾਰ ਦੇ ਬਿਆਨ ਤੇ ਸੌਰਵ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਅੱਜ ਆਪਾਂ ਨੂੰ ਤਲਾਸ਼ ਇਨਫੋਰਮੇਸ਼ਨ ਆਈ ਵੀ ਜਿਹੜੀ ਸੈਕਟਰ 1 ਦੇ ਵਿੱਚ ਜਸਵੀਰ ਕੌਰ ਦੇ ਘਰ ਫਾਇਰ ਹੋਇਆ, ਗੋਲੀ ਚੱਲ ਗਈ, ਜਿਸ ਸੰਬੰਧ 'ਚ ਆਪਾਂ ਇੱਥੇ ਤਲੀਮੀਅਮ ਜਿਸ ਤਲਵਾੜਾ ਆਏ। ਇੱਥੇ ਕੁੜੀ ਜਿਹੜੀ ਜਸਵੀਰ ਕੌਰ ਜਿਹਦੇ ਗੋਲੀਆਂ ਲੱਗੀਆਂ, ਜਿਹੜੀ ਇੱਥੇ ਜੇਲ੍ਹ ਲਾ ਰਹੇ, ਜਿਸ ਦੇ ਦੋਨਾਂ ਲੱਤਾਂ 'ਚ ਗੋਲੀਆਂ ਅਤੇ ਸਿਰ 'ਚ ਗੋਲੀ ਲੱਗੀ, ਜਿਸ ਨੂੰ ਡਾਕਟਰ ਸਾਹਿਬ ਨੇ ਫਿੱਟ ਦੱਸਿਆ, ਜਿਸ 'ਤੇ ਆਪਾਂ ਸਟੇਟਮੈਂਟ ਕਰਾ ਸਕਦੇ, ਜਿਸ ਨੇ ਦੱਸਿਆ ਕਿ ਜਿਹੜਾ ਗੌਰਵ ਇਹਨਾਂ ਦਾ ਇਹਦੀ ਭੈਣ ਦਾ ਜਿਹੜਾ ਭੈਣ ਦੇ ਘਰ ਵਾਲਾ ਸੀ, ਜਿਹੜਾ ਉਹਦੇ ਨਾਲ ਇਹਦਾ ਡਿਸਪਿਊਟ ਚੱਲਦਾ ਸੀ, ਤਲਾਕ ਹੋ ਚੁੱਕਾ, ਪਰ ਫਿਰ ਵੀ ਉਹਨੇ ਆ ਕੇ ਇੱਥੇ ਅੱਜ ਇਹਦੇ ਘਰ ਆਏ ਨੇ, ਨਾਲ ਉਹ ਤਿੰਨ ਜਣੇ ਹੋਰ ਨਾਲ ਹੀ, ਇਹਨਾਂ ਦੋਨਾਂ ਨੇ ਇਹਦੇ ਫੈਰ ਕੀਤੇ, ਅਤੇ ਜਿਹੜੀ ਇਹਦੀ ਕਾਰਵਾਈ ਆਪਾਂ ਕਰ ਰਹੇ ਬਿਆਨ ਦੇ ਦੇਖ ਸੱਟਾ ਲੱਗੀ। ਇਹ 'ਚ ਆਪਾਂ ਧਾਰਾ 307 3 3508 ਦੇ ਫਰਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰੇ ਤਫਤੀਸ਼ ਕਰ। ਹੁਸ਼ਿਆਰਪੁਰ ਤੋਂ ਬਿਊਰੋ ਰਿਪੋਰਟ, ਜੀਵੇ ਪੰਜਾਬ ਟੀਵੀ।